ਨੇ ਕੰਪਲੀਟ ਪੂਰਾ ਹੀ ਪੂਰਾ ਦਾ ਪੂਰਾ 24 ਮਸਲ ਲਾਈ ਦਾ ਹੋਵੇਗਾ ਇਨਸ਼ਾਅੱਲਾ ਵਕਤ ਇਸ ਤਰ੍ਹਾਂ ਵੀ ਹੋਵੇ ਆਪਣੇ ਦੋਸਤ ਸਾਥੀਆਂ ਨੂੰ ਕਦੇ ਵੀ ਕੱਟ ਨਹੀਂ ਕਰਨੀ ਚਾਹੀਦੀ ਕਿਉਂਕਿ ਵਕਤ ਚੇਂਜ ਹੁੰਦਾ ਰਹਿੰਦਾ ਇਹ ਇੱਕ ਅੱਲਾਹ ਤਾਲਾ ਦਾ ਬਣਾਇਆ ਸਿਸਟਮ ਹੈ ਅੱਜ ਅੱਛਾ ਕੱਲ ਬੁਰਾ ਫਿਰ ਬੁਰਾ ਫਿਰ ਅੱਛਾ ਇਹ ਚੱਲਦਾ ਰਹਿੰਦਾ ਲੇਕਿਨ ਆਪਣੇ ਦੋਸਤਾਂ ਨਾਲ ਸਾਥੀਆਂ ਨਾਲ ਸਿਰਫ ਵਫਾ ਕਰਨੀ ਚਾਹੀਦੀ ਹੈ ਵਫਾਦਾਰੀ ਕਰਨੀ ਚਾਹੀਦੀ ਹੈ ਸਾਡਾ ਇੱਕ ਮਿਸ਼ਨ ਹੈ ਅਸੀਂ ਕੋਟਲਾ ਤੋਂ ਲੈ ਕੇ ਤੁਹਾਡੇ ਕੋਲ ਆਏ ਬੜਾ ਅਰਸਾ ਤਲਕ ਇਸ ਘਰਾਂ ਨਾਲ ਇਹਨਾਂ ਪਿੰਡਾਂ ਨਾਲ ਅਲਹਮਦੁਲਿਲਾ ਉਸ ਤਰ੍ਹਾਂ ਹੀ ਦੇਖਦੇ ਹਾਂ ਜਿਸ ਤਰ੍ਹਾਂ ਤੂੰ 15 ਸਾਲ ਪਹਿਲਾਂ ਦੇਖਦੇ ਸੀ 20 ਸਾਲ ਪਹਿਲਾਂ ਦੇਖਦੇ ਸੀ ਕਿਉਂਕਿ ਸਿਆਸੀ ਤਲਕ ਟੁੱਟ ਜਾਂਦਾ ਖਤਮ ਹੋ ਜਾਂਦਾ ਲੇਕਿਨ ਜਿਹੜਾ ਰਿਸ਼ਤਾ ਸਿਆਸਤ ਤੋਂ ਹਟ ਕੇ ਹੋਵੇ ਉਹੀ ਤਲਕ ਪੂਰੀ ਉਮਰ ਨਿਭ ਜਾਂਦੀ ਹੈ ਮੇਰਾ ਵਾਲਦ ਚੌਧਰੀ ਅਬਦੁਲ ਮਾਲਕ ਇੱਥੇ ਆਇਆ ਕਰਦੇ ਸੀ ਅੱਜ ਅਸੀਂ ਆਉਂਦੇ ਹਾਂ ਵੀ ਇਹੀ ਸਾਡੇ ਵਾਸਤੇ ਫਖਰ ਦੀ ਗੱਲ ਕਿਉਂਕਿ ਦੁਨੀਆਂ ਉੱਤੇ ਜਿੰਨੇ ਰਹਿ ਜਾਣਾ ਉਹ ਅੱਲਾਹ ਦਾ ਨਾਂ ਹੈ ਬਾਕੀ ਸਭ ਆਉਣ ਵਾਲੀ ਚੀਜ਼ਾਂ ਨੇ ਜਾਣ ਵਾਲੀ ਚੀਜ਼ਾਂ ਇਸ ਵਾਸਤੇ ਮੇਰੇ ਦੋਸਤੋ ਬਜ਼ੁਰਗੋ ਸਾਥੀਓ ਫਿਰੀ ਮੁਸਾਲੇ ਸਾਹਿਬ ਗੁਜਰਾਤ ਨੇ ਅਸੀਂ ਉਹਨਾਂ ਦੀ ਨੁਮਾਇੰਦਗੀ ਕਰਨੀ ਹੈ ਇੱਥੇ ਕੋਟਲਾ ਵਿੱਚ ਤੁਸੀਂ ਕਿਸੇ ਟਾਈਮ ਵੀ ਆਓ 24 ਆਵਰ ਆਓ ਅਸੀਂ ਹਾਜ਼ਰ ਹਾਂ ਇਨਸ਼ਾਅੱਲਾ 24 ਘੰਟੇ ਤੁਹਾਡੀ ਖਿਦਮਤ ਵਾਸਤੇ ਹਾਜ਼ਰ ਹਾਂ ਕੋਈ ਕਿਸੇ ਦੀ ਸਿਫਾਰਿਸ਼ ਦੀ ਜ਼ਰੂਰਤ ਨਹੀਂ ਤੁਹਾਨੂੰ ਮਿਲਣ ਵਾਸਤੇ ਕਿਸੇ ਨੂੰ ਲਿਆਉਣ ਦੀ ਜ਼ਰੂਰਤ ਨਹੀਂ ਡਰੈਕਟ ਆਓ ਇਨਸ਼ਾਅੱਲਾ ਡਰੈਕਟ ਤੁਹਾਡਾ ਕੰਮ ਕਰਾਂਗੇ ਇਨਸ਼ਾਅੱਲਾ ਬਾਕੀ ਮੈਨੂੰ ਜਿਤਨੀ ਉਮੀਦ ਸੀ ਉਹਦੇ ਤੋਂ ਬੜ੍ਹ ਕੇ ਜਲਸਾ ਬਣਿਆ ਅੱਲਾ ਵੈ ਖਿਆਲ ਬੁਰਾ ਕਿ ਮੈਂ ਸਮਝਦਾ ਸੀ ਕਿ ਥੋੜੇ ਬੰਦੇ ਆਉਣਗੇ ਲੇਕਿਨ ਇੱਥੇ ਦੇ ਨੌਜਵਾਨਾਂ ਨੇ ਸਾਬਤ ਕੀਤਾ ਕਿ ਕਿਸੇ ਵੀ ਕੰਮ ਵਾਸਤੇ ਪੈਸਾ ਹੋਣਾ ਜ਼ਰੂਰੀ ਨਹੀਂ ਤਲਕ ਹੋਣਾ ਜ਼ਰੂਰੀ ਹੈ ਤਾਬੇਦਾਰੀ ਕਰਨਾ ਜ਼ਰੂਰੀ ਅਲਹਮਦੁਲਿਲਾ ਮੈਨੂੰ ਫਖਰ ਹੈ ਆਪਣੇ ਧੜੇ ਉੱਤੇ ਕਿ ਲੋਕ ਤਾਬੇਦਾਰੀ ਕਰਕੇ ਇਤਨੇ ਬੰਦੇ ਇਕੱਠੇ ਕੀਤੇ ਨੇ ਮੈਂ ਦੁਬਾਰਾ ਫਿਰ ਸ਼ੁਕਰੀਆ ਅਦਾ ਕਰਨਾ ਤੁਹਾਡਾ ਆਪਣੇ ਯੂਥ ਦਾ ਜਿਨ੍ਹਾਂ ਨੇ ਪ੍ਰੋਗਰਾਮ ਕੀਤਾ ਤੁਹਾਡੀ ਮੁਸਲਾਈ ਸਾਹਿਬ ਵਕਤ ਆਵੇਗਾ ਇਨਸ਼ਾਅੱਲਾ ਅਸੀਂ ਆਸਤਾ ਆਸਤਾ ਜੇਕਰ ਤਾਸ਼ ਵਿੱਚ ਆਪਣੇ ਆਪਣੇ ਪੱਤੇ ਸ਼ੋਅ ਕਰੀ ਦੇਣੇ ਤੁਹਾਨੂੰ ਆਪਣੇ ਆਪਣੇ ਪੱਤੇ ਸ਼ੋਅ ਕਰਾਂਗੇ ਇਨਸ਼ਾਅੱਲਾ ਤੁਹਾਨੂੰ ਦੱਸਾਂਗੇ ਸਰਾਏ ਆਲਮਗੀਰ ਕਿਹਦੇ ਨਾਲ ਇਨਸ਼ਾਅੱਲਾ ਹਰ ਦੂਸਰੇ ਹਫ਼ਤੇ ਤੁਹਾਨੂੰ ਸਰਾਏ ਆਲਮਗੀਰ ਜਾਂ ਥਾਣੇ ਕਰਾਲੀ ਜਾਂ ਥਾਣੇ ਕਰਾਲੇ ਲੈ ਕੇ ਚੱਲਾਂਗੇ ਜਿਹਦੇ ਵਾਸਤੇ ਅਸੀਂ ਤੁਹਾਡੇ ਕੋਲੋਂ ਕੋਈ ਕੰਮ ਗਲੀਆਂ ਨਾਲੀਆਂ ਤਾਂ ਨਹੀਂ ਲੈਣਾ ਤੁਹਾਡੇ